ਵਾਲੀ ਦੀਵਾਲੀ ਦਾ ਤਿਉਹਾਰ ਜਿੱਥੇ ਖੁਸ਼ੀਆਂ ਲੈ ਕੇ ਆਉਂਦਾ ਉਥੇ ਕਿਤੇ ਨਾ ਕਿਤੇ ਕਈ ਪਾਸੇ ਅਗਲੇ ਦਿਨੀ ਗਮ ਦਾ ਹਨੇਰਾ ਵੀ ਛੜ ਜਾਂਦਾ ਹੈ ਇਸ ਵੇਲੇ ਤੁਹਾਡੇ ਨਾਲ ਵੱਡੀ ਖਬਰ ਅਸੀਂ ਸਾਂਝੀ ਕਰ ਰਹੇ ਹਾਂ ਖਬਰ ਲੁਧਿਆਣਾ ਚੰਡੀਗੜ੍ਹ ਹਾਈਵੇ ਦੀ ਹੈ ਨਿੱਲੋ ਦੇ ਕੋਲ ਇੱਕ ਵੱਡਾ ਹਾਦਸਾ ਵਾਪਰਿਆ ਹੈ ਅਜੇ ਹਾਦਸਾ ਜਿਸ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਹਾਲੇ ਤੱਕ ਤੁਹਾਨੂੰ ਖਬਰ ਦੱਸਣ ਤੱਕ ਕੋਈ ਅਪਡੇਟ ਸਾਹਮਣੇ ਨਹੀਂ ਆਇਆ ਲੇਕਿਨ ਜਿਸ ਤਰੀਕੇ ਦੇ ਨਾਲ ਹੈ ਹਾਦਸਾ ਵਾਪਰਿਆ ਉਸ ਦੇ ਵਿੱਚ ਅੰਦਾਜ਼ਾ ਲਗਾਇਆ ਜਾ ਲਗਾਇਆ ਜਾ ਸਕਦਾ ਹੈ ਕਿ ਜਾਨ ਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਪਿੰਡ ਨਿਲੋ ਦੇ ਕੋਲ ਕੋਰੇ ਦੀ ਵਜ੍ਹਾ ਦੇ ਨਾਲ ਆਪਸ ਦੇ ਵਿੱਚ ਕਈ ਗੱਡੀਆਂ ਟਕਰਾਈਆਂ ਨੇ ਦੱਸਿਆ ਜਾ ਰਿਹਾ ਹੈ ਕਿ 10 ਤੋਂ 20 ਦੇ ਵਿਚਕਾਰ ਗੱਡੀਆਂ ਨੇ ਜਿਨ੍ਹਾਂ ਦਾ ਆਪਸ ਦੇ ਵਿੱਚ ਟਕਰਾ ਹੋਇਆ ਇੱਕ ਦੂਜੇ ਦੇ ਨਾਲ ਟੱਕਰ ਹੋਈ ਹੈ ਜਿਸ ਦੇ ਵਿੱਚ ਕਈ ਅਜੇਹੇ ਡਰਾਈਵਰ ਨੇ ਜਾਂ ਗੱਡੀ ਚਾਲਕ ਨੇ ਜੋ ਗੱਡੀਆਂ ਦੇ ਵਿੱਚ ਹੀ ਫਸੇ ਹੋਏ ਨੇ ਯਾਨੀ ਕਿ ਗੰਭੀਰ ਸੱਟਾਂ ਉਹਨਾਂ ਨੂੰ ਆਈਆਂ ਨੇ ਕੋਹਰਾ ਇਸ ਦਾ ਕਾਰਨ ਦੱਸਿਆ ਜਾ ਰਿਹਾ ਕਿਉਂਕਿ ਦੀਵਾਲੀ ਦੀ ਤਤ ਜਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਪਟਾਖੇ ਚੁੜਾਏ ਗਏ ਹਾਲਾਂਕਿ ਪ੍ਰਸ਼ਾਸਨ ਵੱਲੋਂ ਸੁਪਰੀਮ ਕੋਰਟ ਵੱਲੋਂ ਸਖਤੀ ਕੀਤੀ ਗਈ ਸੀ ਸਮੇਂ ਦੀ ਹਦਾਇਤ ਵੀ ਪੰਜਾਬ ਦੇ ਜਿਹੜੇ এনवायरमेंट ਮਨਿਸਟਰ ਨੇ ਜੇਕਰ ਕਿਹਾ ਜਾਵੇ ਗੁਰਮੀਤ ਮੀਥਰ ਉਹਨਾਂ ਵੱਲੋਂ ਜਾਰੀ ਕੀਤੀ ਗਈ ਸੀ 8:30 ਤੋਂ 10:30 ਦਾ ਸਮਾਂ ਜੋ ਹੈ ਉਹ ਨਿਰਧਾਰਿਤ ਕੀਤਾ ਗਿਆ ਸੀ ਦਿੱਤਾ ਗਿਆ ਸੀ ਲੇਕਿਨ ਉਸ ਤੋਂ ਬਾਵਜੂਦ ਵੀ ਦੇਰ ਰਾਤ ਤੱਕ ਪਟਾਕਿਆਂ ਦੀ ਆਵਾਜ਼ਾਂ ਜੋ ਸੀਗੀਆਂ ਹਰ ਕਿਸੇ ਦੇ ਕੰਨਾਂ ਦੇ ਵਿੱਚ ਗੂੰਜੀਆਂ ਰਹੀਆਂ ਪਟਾਕੇ ਵਜਾਉਂਦੇ ਹੋਏ ਨਜ਼ਰ ਆਏ ਲੋਕ ਦੇ ਰਾਤ ਤੱਕ ਪਟਾਕੇ ਵੱਜਦੇ ਰਹੇ ਸੋ ਜਿਸ ਦੇ ਕਾਰਨ ਇੱਕ ਪਾਸੇ ਪਹਿਲਾਂ ਹੀ ਕਈ ਦਿਨਾਂ ਤੋਂ ਜਿਹੜਾ AQI ਲੈਵਲ ਸੀਗਾ ਉਹ ਪ੍ਰਦੂਸ਼ਿਤ ਪਾਇਆ ਜਾ ਰਿਹਾ ਸੀ ਧੁੰਦਲਾ ਪੰਜਾਬ ਚੰਡੀਗੜ੍ਹ ਹਰ ਪਾਸੇ ਮਾਹੌਲ ਨਜ਼ਰ ਆ ਰਿਹਾ ਸੀ ਲੇਕਿਨ ਇਸ ਦੀਵਾਲੀ ਤੋਂ ਬਾਅਦ ਪਟਾਕੇ ਛਡਾਉਣ ਤੋਂ ਬਾਅਦ ਹੋਰ ਕੋਹਰਾ ਹੋਰ ਪ੍ਰਦੂਸ਼ਣ ਜੋ ਹੈ ਉਹ ਨਜ਼ਰ ਆਇਆ ਅਸਮਾਨ ਵਿਖੇ ਆਬੋ ਹਵਾ ਧੁੰਦਲੀ ਹੁੰਦੀ ਹੋਈ ਜ਼ਹਿਰੀਲੀ ਹੁੰਦੀ ਹੋਈ ਨਜ਼ਰ ਆਈ ਜਿਸ ਦਾ ਕਾਰਨ ਕੋਹਰਾ ਵੀ ਕਿਤੇ ਨਾ ਕਿਤੇ ਬਣਿਆ ਜਿਸ ਦੇ ਕਾਰਨ ਗੱਡੀਆਂ ਦਾ ਇੱਕ ਵੱਡਾ ਹਾਦਸਾ ਹੋ ਗਿਆ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਨਿੱਲੋ ਦੇ ਕੋਲ ਇਹ ਹਾਦਸਾ ਹੋਇਆ ਇੱਕ ਬਹੁਤ ਹੀ ਭਿਆਨਕ ਤੇ ਬਹੁਤ ਹੀ ਵੱਡਾ ਐਕਸੀਡੈਂਟ ਹੋਇਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਡਰਾਵਨੀਆਂ ਤੇ ਭਿਆਨਕ ਤਸਵੀਰਾਂ ਨੇ ਜਿਸ ਦੇ ਨਾਲ ਜ਼ਾਹਰ ਹੋ ਸਕਦਾ ਹੈ ਹਾਲਾਂਕਿ ਹਲੇ ਤੱਕ ਕੋਈ ਅਪਡੇਟ ਸਾਹਮਣੇ ਨਹੀਂ ਆਇਆ ਉੱਥੇ ਜਿਹੜੇ ਸਥਾਨਕ ਲੋਕ ਨੇ ਪਿੰਡ ਵਾਸੀ ਇੰਨਕ ਆਵਾਜ਼ਾਂ ਸੁਣ ਕੇ ਇਸ ਤਰੀਕੇ ਦੇ ਨਾਲ ਬਾਹਰੋ ਹਾਈਵੇ ਤੇ ਪਹੁੰਚ ਜਾਂਦੇ ਨੇ ਜਿੱਥੇ ਉਹ ਦੇਖਦੇ ਨੇ ਕਿ ਆਪਸ ਦੇ ਵਿੱਚ 10 ਤੋਂ 20 ਗੱਡੀਆਂ ਟਕਰਾਈਆਂ ਹੋਈਆਂ ਨੇ ਜਿਸ ਦੇ ਵਿੱਚ ਕਈ ਲੋਕ ਫਸੇ ਹੋਏ ਨੇ ਹਾਲਾਂਕਿ ਕਈਆਂ ਨੂੰ ਬਾਹਰ ਕੱਢ ਲਿਆ ਗਿਆ ਲੇਕਿਨ ਹਲੇ ਤੱਕ ਇਹ ਦੱਸਿਆ ਨਹੀਂ ਗਿਆ ਕਿ ਕਿੰਨੇ ਕ ਲੋਕ ਜ਼ਖਮੀ ਹੋਏ ਨੇ ਜਾਂ ਜਾਨ ਮਾਲ ਦਾ ਕਿੰਨਾ ਕ ਨੁਕਸਾਨ ਇਸ ਹਾਦਸੇ ਦੇ ਵਿੱਚ ਵਾਪਰੇ ਤੁਹਾਨੂੰ ਦੱਸ ਦਈਏ ਕਿ ਆਪਸ ਵਿੱਚ ਟਕਰਾਅ ਤੋਂ ਬਾਅਦ ਜਿਹੜਾ ਡਰਾਈਵਰ ਹੈ ਉਹ 4 ਘੰਟੇ ਬਾਅਦ ਉਹਨੂੰ ਗੱਡੀ ਚੋਂ ਬਾਹਰ ਕਢਿਆ ਗਿਆ ਫਿਰ ਉਸ ਤੋਂ ਬਾਅਦ ਉਹਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਵੀ ਲਿਜਾਇਆ ਜਾ ਚੁੱਕਿਆ ਯਾਨੀ ਕਿ ਦਾਸ ਤੋਂ 20 ਗੱਡੀਆਂ ਜੋ ਨੇ ਉਹ ਵੇਖਿਆ ਜਾ ਸਕਦੀਆਂ ਨੇ ਕਿ ਉਹਨਾਂ ਦਾ ਹਾਦਸਾ ਇਸ ਤਰੀਕੇ ਦੇ ਨਾਲ ਹੋਇਆ ਐਕਸੀਡੈਂਟ ਬਹੁਤ ਭਿਆਨਕਰ ਤੇ ਭਿਆਵਨਾ ਜੋ ਐਕਸੀਡੈਂਟ ਹੋਇਆ ਲੇਕਿਨ ਉਸ ਤੋਂ ਬਾਅਦ ਹਾਲੇ ਤੱਕ ਅਪਡੇਟ ਸਾਹਮਣੇ ਨਹੀਂ ਆਇਆ ਕਿ ਕਿਸ ਤਰੀਕੇ ਦੇ ਨਾਲ ਕਿੰਨਾ ਜਾਨ ਮਾਲ ਦਾ ਨੁਕਸਾਨ ਇਸ ਦੇ ਵਿੱਚ ਵੇਖਿਆ ਜਾ ਸਕਦਾ ਸੋ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਵੱਡਾ ਹਾਦਸਾ ਵਾਪਰਿਆ ਕੋਹਰੇ ਦੀ ਵਜ੍ਹਾ ਦੇ ਨਾਲ ਪਿੰਡ ਨਿੱਲੋ ਦੇ ਕੋਲ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ 10 ਤੋਂ 20 ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਜਿਸ ਦੇ ਵਿੱਚ ਇੱਕ ਵੱਡਾ ਨੁਕਸਾਨ ਹੋਣ ਦਾ ਖਰਚਾ ਜਤਾਇਆ ਜਾ ਰਿਹਾ ਹੈ ਜਾਨ ਦਾ ਨੁਕਸਾਨ ਕਿੰਨਾ ਖੋਇਆ ਹਾਲੇ ਤੱਕ ਇਸ ਤੇ ਅਪਡੇਟ ਸਾਹਮਣੇ ਨਹੀਂ ਆਇਆ ਲੇਕਿਨ ਜਿਹੜਾ ਮਾਲ ਦਾ ਨੁਕਸਾਨ ਯਾਨੀ ਕਿ ਗੱਡੀਆਂ ਦਾ ਨੁਕਸਾਨ ਉਹ ਤਾਂ ਸਾਨੂੰ ਤਸਵੀਰਾਂ ਦੇ ਰਾਹੀਂ ਸਿੱਧੇ ਤੌਰ ਤੇ ਵੇਖਿਆ ਜਾ ਸਕਦਾ ਹੁਣ ਇਸ ਤੇ ਜਿਹੜੇ ਸਥਾਨਕ ਨਿਵਾਸੀ ਉਥੇ ਪਹੁੰਚੇ ਨੇ ਉਥੇ ਦਾ ਦ੍ਰਿਸ਼ ਕੀ ਆ ਉਹਨਾਂ ਨੇ ਕੀ ਕੁਝ ਵੇਖਿਆ ਜਦਸ ਵੇਲੇ ਉਹ ਪਹੁੰਚੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਉਹ ਵੇਖਦੇ ਆ ਸੁਣਦੇ ਆ ਤੁਹਾਨੂੰ ਜੇ ਪਤਾ ਲੱਗਿਆ ਉਹ ਐਵੇਂ ਐਂ ਕਰ ਲੋਗੀ ਏ ਆਪਣੇ ਸਾਡੇ ਜਗਪਾਲ ਸਿੰਘ ਲੰਬੜਦਾਰ ਜੀ ਇਧਰੋਂ ਗਏ ਸੀਗੇ ਇਹਨਾਂ ਨੇ ਦੇਖਿਆ ਤੇ ਨੇ ਪਿੰਡੇ ਜਾ ਕੇ ਦੱਸਿਆ ਇਹ ਦੋ ਟਰੈਕਟਰ ਲੈ ਕੇ ਟੋਰਚੇਨ ਲੈ ਕੇ ਉਰਈ ਜਦੇ ਪਹੁੰਚ ਗਏ ਹਣੇ ਸਾਡੇ ਸਾਰੇ ਵੀਰ ਜਿੱਦਾਂ ਫੋਨ ਕਰਾ ਜਿਆ ਵਾਲਿਆਂ ਨੇ ਜਿੱਦਾਂ ਰੂਹ ਜੇ ਫੋਨ ਕਰਾ ਜਿਆ ਲੋਕਾਂ ਨੇ ਆ ਉਹ ਉਹ ਉਹਨਾਂ ਨੇ ਕੋਈ ਚੀਜ਼ ਮਾ ਆਇਆ ਨਹੀਂ ਕੀਤੀ ਅੱਛਾ ਉਹਨਾਂ ਨੂੰ ਗਏ ਕੋਈ ਜੈਕ ਜਾਂ ਕੁਝ ਵੀ ਕੋਈ ਇਹੋ ਜਿਹੀ ਚੀਜ਼ ਸਾਨੂੰ ਦਵੋ ਲੈ ਕੇ ਜਾਓ ਉਹਨਾਂ ਨੇ ਕੋਈ ਵੀ ਚੀਜ਼ ਮਾ ਆਇਆ ਨਹੀਂ ਕੀਤੀ ਜਿਹੜੀ ਇੱਥੇ ਕੰਮ ਆ ਸਕੇ ਕੋਈ ਨਾਮ ਨਾਲ ਨਮਾਇਦਾ ਇੱਥੇ ਪਹੁੰਚਿਆ ਬਸ ਇੱਕ ਨਾਮ ਅਤਰ ਇੱਕ ਖੜਾ ਸੂਰੇ ਪਤਾ ਨਹੀਂ ਸਤਾ ਕੌਣ ਸੀ ਤੇ ਬਾਕੀ ਸਾਰੇ ਟ੍ਰੈਫਿਕ ਵੀ ਆਪਰੇ ਕੰਟਰੋਲ ਕੀਤੀ ਲੋਕਲ ਬੰਦਿਆਂ ਨੇ ਸਾਰੇ ਆਨੇ ਤੇ ਹੁਣ ਵੀ ਜਦੋਂ ਯਾਦ ਕਰ ਰਹੇ ਹਾਂ ਥੋੜੇ ਸਾਹਮਣੇ ਹੀ ਆ ਤੇ ਸਰਕਾਰ ਨੂੰ ਇਹ ਕਰਨਾ ਚਾਹੁੰਦਾ ਅਸੀਂ ਤਾਂ ਇਹ ਅਪੀਲ ਕਰਦੇ ਆ ਵੀ ਫਿਰ ਇਹ ਏਰੀਏ ਦੇ ਵਿੱਚ ਕੋਈ ਨਾ ਕੋਈ ਰਿਕਵਰੀ ਬੈਂ ਜਿਵੇਂ ਹੁੰਦੀ ਆ ਉਹ ਚਾਹੀਦੀ ਆ ਨੇੜੇ ਤੇੜੇ ਜਿੱਥੇ ਬੰਦਾ ਜਦੋਂ ਪ੍ਰਬੰਧ ਕੀਤਾ ਜਾ ਸਕੇ ਇਹ ਜਿਹੜੇ ਹਾਦਸਿਆਂ ਨੂੰ ਜਦੋਂ ਇਜਾਦੇ ਕਾਰਸ ਹੋ ਜਾਂਦਾ ਉਹਦੇ ਮਗਰੇ ਮਗਰ ਹੋਰ ਹੋ ਜਾਂਦੇ ਨੇ ਗੱਡੀਆਂ ਭਿੱਟ ਜਾਂਦੀ ਜਾਂਦੇ 4-5 ਗੱਡੀਆਂ ਜਿਹੜੀਆਂ ਆਪਸ ਵਿੱਚ ਟਕਰਾ ਗਈਆਂ ਤੁਹਾਨੂੰ ਬਹੁਤ ਜ਼ਿਆਦਾ ਸਿਕਿਉਰਿਟੀ ਬੰਦਿਆਂ ਦਾ ਬਚਾਅ ਹੋ ਗਿਆ ਹਾਂਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਂ ਜਸਪਾਲ ਸਿੰਘ ਆ ਜੀ ਪਿੰਡ ਲਾਲਕਲਾ ਮੇਰਾ ਜਦੋਂ ਸਾਨੂੰ ਪਤਾ ਲੱਗਿਆ ਸੀ ਸਾਰੇ ਉਰੇ 5-7 ਪਿੰਡਾਂ ਦੇ ਅੰਦਰ ਲੱਗੇ ਨੂੰ ਵਾਸੀ ਇੱਥੇ ਪਹੁੰਚੇ ਆ ਜੀ ਜਿਹਨਾਂ ਨੇ ਸਹਾਇਤਾ ਕਰ ਰਹੇ ਆ ਜੀ ਪਰ ਟੋਲ ਪਲਾਜ਼ ਦੇ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਨਰਹੀ ਜੀ ਹਾਂ ਹੁਣ ਅਸੀਂ ਪ੍ਰਾਈਵੇਟ ਹੈਜੜਾ ਮੰਗਾਈ ਆ ਜੀ ਆਪਣੇ ਤੌਰ ਤੇ ਨਾ ਇਹਨਾਂ ਕੋਲੋਂ ਜੈਕਟ ਨਾ ਇਹਨਾਂ ਕੋ ਕੋਈ ਖੇਚਾ ਵਾਤਾ ਕੋਈ ਆਪਣਾ ਸੰਗੜਾ ਹੈਡਰਾ ਵੀ ਅਸੀਂ ਇਹਨਾਂ ਨੂੰ ਕਹਿੰਦੇ ਆ ਇਹ ਕਹਿੰਦੇ ਕਦੇ ਕਹਿੰਦੇ ਸਟਾਰਟ ਨਹੀਂ ਹੋਈ ਕਦੇ ਕੁਝ ਕਹਿੰਦੇ ਆ ਜੀ ਕਦੇ ਕੁਝ ਜਵਾਬ ਦਿੰਦੇ ਆ ਕੋਈ ਕੋਈ ਮਦਦ ਨਹੀਂ ਮਿਲੀ ਜੀ ਬਿਲਕੁਲ ਨਹੀਂ ਮਿਲੀ ਜੀ ਮਜ਼ਾਲਮ ਖੜੇ ਨੇ ਚਾਰ ਉੱਥੇ ਸ਼ਾਂਤ ਹੋ ਕੇ ਜੇਬਾਂ 'ਚ ਹੱਥ ਪਾਈ ਖੜੇ ਨੇ ਜੀ ਹੁਣ ਆਏ ਨੇ ਉਹ ਵੀ ਬਿਲਕੁਲ ਅਸੀਂ ਸਾਰਾ ਕੁਝ ਵੇਲਾ ਆਪ ਪ੍ਰੋਵਾਈਡ ਕਰ ਰਹੇ ਆ ਜੀ ਮੰਤੇ ਫਰੇ ਕੇ ਇੱਕ ਬੰਦਾ ਗੱਡੀ ਚ ਫਸਿਆ ਹੋਇਆ ਜੀ ਉਹਨੂੰ ਕੱਢੋ ਲਈ ਜਦੋਂ ਜਹਾਜ ਦਾ ਬਾਕੀ ਦਾ ਬੰਦੇ ਠੀਕ ਨੇ ਜੀ ਚਾਰ ਗੱਡੀਆਂ ਨੇ ਜੀ ਆਪ ਸਿਰਜ ਕਰਾਈਆਂ ਤੁੰਦ ਕਰਨੀ